ਕੰਗ ਜੀ, ਜਦੋਂ ਤੁਸੀਂ ਪੋਲਿਟਿਕਸ ਸ਼ੁਰੂ ਕੀਤੀ ਸੀ ਪੀਯੂ ਦੀ, ਉਸ ਟਾਈਮ ਦੀ ਪੋਲਿਟਿਕਸ ਤੇ ਅੱਜ ਦੀ ਪੋਲਿਟਿਕਸ ਮੈਨੂੰ ਲੱਗਦਾ ਰਿਲੇਟ ਕਰਦੀ ਹੈ ਕਿ ਰਿਜ਼ਾਈਨ ਕਰਨਾ ਕਿਸੇ ਗੱਲ ਤੇ ਬਹੁਤ ਵੱਡੀ ਗੱਲ ਹੈ, ਖਾਸ ਕਰਕੇ ਦਿੱਲੀ ਦੇ ਸੀਐਮ ਦਾ। ਪਹਿਲੀ ਤੁਹਾਡੀ ਪ੍ਰਤੀਕਿਰਿਆ ਕਿਵੇਂ ਦੇਖਦੇ ਹੋ ਕਿ ਅਰਵਿੰਦ ਕੇਜਰੀਵਾਲ ਦਾ ਇਹ ਐਲਾਨ ਕਿ ਮੈਂ ਜਨਤਾ ਦੀ ਕਚਹਿਰੀ ਜਾਊਂਗਾ ਦਿੱਲੀ ਦੀ, ਜੇ ਉਹ ਚੁਣਨਗੇ ਤਾਂ ਮੈਂ ਵਾਪਸ ਸੀਐਮਸ਼ਿਪ ਲਾਊਂਗਾ? ਦੇਖੋ, ਮੈਨੂੰ ਤਾਂ ਇੱਕ ਸਟਾਂਸ ਯਾਦ ਆਉਂਦਾ ਜਿਹੜਾ ਅਸੀਂ ਪੜ੍ਹਦੇ ਰਹੇ ਹਾਂ ਕਿ ਲਾਲ ਬਹਾਦਰ ਸ਼ਾਸਤਰੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਆ, ਰੇਲਵੇ ਮਿਨਿਸਟਰ ਦੇ ਤੌਰ ਤੇ ਉਹਨਾਂ ਤੇ ਕੋਈ ਇਲਜ਼ਾਮ ਲੱਗਿਆ ਸੀ ਤਾਂ ਇਮੀਡੀਏਟਲੀ ਉਹਨਾਂ ਨੇ ਅਸਤੀਫਾ ਦੇ ਦਿੱਤਾ। ਲੇਕਿਨ ਪਿਛਲੇ ਕੁਝ ਦਸ਼ਕਾਂ ਤੋਂ ਐਵੇਂ ਜਿਹੀ ਲੀਡਰਸ਼ਿਪ ਦਿਖਾਈ ਦੇਸ਼ ਚ ਨਹੀਂ ਦੇ ਰਹੀ, ਕਿਉਂਕਿ ਅਰਵਿੰਦ ਕੇਜਰੀਵਾਲ ਜੀ ਇੱਕ ਰਾਜਨੀਤੀ ਨੂੰ ਬਦਲਣ ਲਈ, ਨਵੀਂ ਦਿਸ਼ਾ ਦੇਣ ਲਈ ਰਾਜਨੀਤੀ ਚ ਆਏ ਆ, ਕਿਉਂਕਿ ਲਾਲਚ ਹੁੰਦਾ ਤਾਂ ਇਨਕਮ ਟੈਕਸ ਸੀਗੇ, ਪੈਸਾ ਕਮਾਉਣਾ ਤਾਂ ਉਹਨਾਂ ਨੂੰ ਬਹੁਤ ਤਰੀਕੇ ਸੀ। ਲੇਕਿਨ ਅੱਜ ਉਹਨਾਂ ਨੇ ਅਸਤੀਫਾ ਦੇਣ ਦੀ ਗੱਲ ਕਹਿ ਕੇ ਸਾਬਿਤ ਕਰਤਾ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਕੁਰਸੀ ਦਾ ਮੋਹ ਨਹੀਂ ਹੈ, ਸੱਤਾ ਦਾ ਲਾਲਚ ਨਹੀਂ ਹੈ, ਔਰ ਲੋਕਾਂ ਦਾ ਜਿਹੜਾ ਮੈਂਡੇਟ ਹੈ, ਆਸ਼ੀਰਵਾਦ ਹੈ, ਉਹ ਸਰਵੋਪਰੀ ਹੈ ਡੈਮੋਕ੍ਰੇਸੀ ਚ। ਇਸ ਕਰਕੇ ਉਹ ਲੋਕਾਂ ਦੀ ਕਚਹਿਰੀ ਜਾਣਗੇ ਔਰ ਬੀਜੇਪੀ ਦੀਆਂ ਤਮਾਮ ਜਿਹੜੀਆਂ ਸਾਜ਼ਿਸ਼ਾਂ ਸੀ ਆਮ ਆਦਮੀ ਪਾਰਟੀ ਨੂੰ ਖਤਮ ਕਰਨੀਆਂ, ਸਾਡੇ ਲੀਡਰਸ਼ਿਪ ਨੂੰ ਬਦਨਾਮ ਕਰਨੀਆਂ, ਉਹਦੇ ਤੇ ਵੀ ਕਰਾਰਾ ਤਮਾਚਾ ਅੱਜ ਉਹਨਾਂ ਨੇ ਮਾਰਿਆ। ਦਿੱਲੀ ਬੀਜੇਪੀ ਦਾ ਵੀ ਬਿਆਨ ਆਉਣਾ ਸ਼ੁਰੂ ਹੋ ਗਏ ਕਿ ਜੇਲ੍ਹ ਦੇ ਅੰਦਰ ਤਾਂ ਰਹਿ ਕੇ ਦਿੱਤਾ ਨਹੀਂ, ਬਾਹਰ ਆ ਕੇ ਇੱਕ ਆਪਣੀ ਇਮੇਜ ਨੂੰ ਜਾਂ ਲੋਕਾਂ ਨੂੰ ਭਟਕਾਉਣ ਦੀ ਗੱਲ ਹੋਈ ਹੈ, ਵੀ ਪਹਿਲਾਂ ਦੇਣਾ ਚਾਹੀਦਾ ਸੀ ਜਦੋਂ ਉਹਨੇ ਤੇ ਇਲਜ਼ਾਮ ਸੀਗੇ। ਨਹੀਂ, ਉਹਨਾਂ ਨੂੰ ਪੁੱਛੋ ਵੀ ਤੁਸੀਂ ਤੇ ਚਾਹੁੰਦੇ ਹੀ ਇਹ ਸੀ, ਬੀਜੇਪੀ ਦਾ ਮਕਸਦ ਸੀ ਕਿ ਅਰਵਿੰਦ ਜੀ ਨੂੰ ਜੇਲ੍ਹ ਚ ਰੱਖ ਕੇ ਅਸੀਂ ਇਹਨਾਂ ਦੀ ਪਾਰਟੀ ਤੋੜਾਂਗੇ, ਅਸੀਂ ਇਹਨਾਂ ਦਾ ਅਸਤੀਫਾ ਜਵਾਬ ਪਾ ਕੇ ਲੈ ਲਾਂਗੇ। ਕਿਉਂਕਿ ਪਿਛਲੇ ਦਿਨਾਂ ਚ ਸੁਪਰੀਮ ਕੋਰਟ ਨੇ ਵੀ ਇੱਕ ਟਿੱਪਣੀ ਕੀਤੀ ਕਿ ਦਿੱਲੀ ਚੋਂ ਸਰਕਾਰ, ਜੇਲ੍ਹ ਚੋਂ ਸਰਕਾਰ ਕਿਉਂ ਨਹੀਂ ਚੱਲ ਸਕਦੀ। ਸਰ, ਬੀਜੇਪੀ ਵਾਲਿਆਂ ਨੂੰ ਮੈਂ ਕਹਿੰਦਾ ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਏਡੇ ਸੱਚੇ ਹੋ ਤੇ ਆ ਜਾਓ ਨਾ ਲੋਕਾਂ ਦੀ ਕਚਹਿਰੀ ਚ, ਬਤੌਰ ਮੁੱਖ ਮੰਤਰੀ ਵੀ ਲੋਕਾਂ ਨੇ ਚੁਣਿਆ ਸੀ ਨਾ, ਜੇ ਬੀਜੇਪੀ ਚ ਦਮ ਹੈ ਫਰਵਰੀ ਦੇ ਇਲੈਕਸ਼ਨ ਨਵੰਬਰ ਚ ਕਰਾ ਲੈਣ, ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ, ਨਾਲੇ ਪਤਾ ਲੱਗ ਜੂਗਾ ਵੀ ਸੱਚਾ ਕੌਣ ਹੈ ਕਿ ਝੂਠਾ ਕੌਣ ਹੈ। ਲੇਕਿਨ ਪਤਾ ਇਹਨਾਂ ਨੂੰ ਵੀ ਹੈ ਕਿ ਸਾਰੀ ਸਾਜਿਸ਼ ਸੀ। ਅਰਵਿੰਦ ਕੇਜਰੀਵਾਲ ਜੀ ਨੇ 2020 ਚ ਵੀ ਵੋਟ ਇਸ ਗੱਲ ਤੇ ਮੰਗੀ ਸੀ, ਮੈਂ ਕੰਮ ਕੀਤਾ ਇਮਾਨਦਾਰੀ ਨਾਲ ਕੀਤਾ ਤੇ ਦੋ, ਹੁਣ ਤੇ ਉਹਨਾਂ ਨੇ ਸਾਰੀਆਂ ਜਿਹੜੇ ਪਰੰਪਰਾਵਾਂ ਮੌਜੂਦਾ ਰਾਜਨੀਤੀ ਦੀਆਂ ਤੋੜਤੀਆਂ, ਇੱਕ ਬਹੁਤ ਵੱਡਾ ਇੱਕ ਐਗਜ਼ਾਮਪਲ ਸੈੱਟ ਕੀਤਾ ਹੈ, ਇੰਨੀ ਅਕਾਊਂਟੇਬਲ ਕ੍ਰੈਡੀਬਲ ਜ਼ਿੰਮੇਵਾਰ ਇਮਾਨਦਾਰ ਨੇਤਾ ਹੋਣ ਦਾ ਜਿਹੜਾ ਅੱਜ ਦੀ ਰਾਜਨੀਤੀ ਦਿਖਦਾ ਨਹੀਂ। ਬੇਲ ਤੋਂ ਬਾਅਦ ਰਿਜ਼ਾਈਨ ਕਰਨਾ, ਤੁਹਾਨੂੰ ਲੱਗਦਾ ਕਿ ਇੱਕ ਕਿਤੇ ਨਾ ਕਿਤੇ ਇਹ ਮਾਸਟਰ ਸਟ੍ਰੋਕ ਹੈਗਾ ਆਮ ਆਦਮੀ ਪਾਰਟੀ ਦਾ, ਸੈਂਟਰ ਲੀਡਰਸ਼ਿਪ ਦਾ, ਕਿ ਬੇਲ ਹੋ ਗਈ ਹੈ ਹੁਣ ਮੈਂ ਰਿਜ਼ਾਈਨ ਕਰਦਾ ਜਦੋਂ ਜਨਤਾ ਦੁਆਰਾ ਚੁਣੇਗੀ? ਨਹੀਂ, ਇਹ 'ਚ ਮਾਸਟਰ ਸਟ੍ਰੋਕ ਦੀ ਗੱਲ ਨਹੀਂ ਗੀ, ਪਹਿਲਾਂ ਵੀ ਮੁੱਖ ਮੰਤਰੀ ਉਹਨਾਂ ਨੂੰ ਲੋਕਾਂ ਨੇ ਚੁਣਿਆ ਸੀ, ਉਹਨਾਂ ਨੇ ਤਾਂ ਇਹ ਕਿਹਾ ਵੀ ਜੇ ਮੇਰੇ ਤੇ ਤੁਸੀਂ ਜਿਹੜੇ ਇਲਜ਼ਾਮ ਲਾਏ ਆ ਸਾਨੂੰ ਵੀ ਪਤਾ ਹੈ ਇਹ ਝੂਠੇ ਆ, ਬੀਜੇਪੀ ਵਾਲਿਆਂ ਨੂੰ ਵੀ ਪਤਾ ਝੂਠੇ ਆ, ਤੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਚੁਣਿਆ ਉਹਨਾਂ ਨੂੰ ਵੀ ਤੈਅ ਕਰ ਲੈਣ ਤੋਂ ਜੇ ਤੁਹਾਡੇ ਦਮ ਹੈ। ਦੇਖੋ, ਅਰਵਿੰਦ ਕੇਜਰੀਵਾਲ ਜੀ ਨੇ ਬੜੀ ਇਮਾਨਦਾਰੀ ਨਾਲ ਕੰਮ ਕੀਤਾ, ਦਿੱਲੀ ਦੇ ਲੋਕਾਂ ਨੂੰ ਪਤਾ ਹੈ, ਦਿੱਲੀ ਲੋਕਾਂ ਨੇ ਆਸ਼ੀਰਵਾਦ ਉਹਨਾਂ ਨੂੰ ਦੇਣਾ ਹੈ। ਜੇ ਬੀਜੇਪੀ ਨੂੰ 1% ਵੀ ਭਰੋਸਾ ਆਪਣੇ ਇਲਜ਼ਾਮਾਂ ਤੇ, ਆ ਜਾਣ ਲੋਕਾਂ ਦੀ ਕਚਹਿਰੀ ਚ, ਪਤਾ ਲੱਗ ਜੂਗਾ, ਕਰਾ ਲੈਣ ਨਵੰਬਰ ਚ ਇਲੈਕਸ਼ਨ। ਹਰਿਆਣਾ ਚ ਹੁਣ ਇਲੈਕਸ਼ਨ ਨੇ ਔਰ ਆਮ ਆਦਮੀ ਪਾਰਟੀ ਵੀ ਫੁੱਲ ਫਲੈਸ਼ ਇਲੈਕਸ਼ਨ ਲੜ ਰਹੀ ਹੈ, ਦਿੱਲੀ ਐਨਸੀਆਰ ਹਰਿਆਣਾ ਨਾਲ ਨਾਲ ਨੇ, ਅਰਵਿੰਦ ਕੇਜਰੀਵਾਲ ਵੀ ਹਰਿਆਣਾ ਤੋਂ ਬਿਲੋਂਗ ਕਰਦੇ ਨੇ, ਕਿੰਨਾ ਕੁ ਅਸਰ ਦੇਖਦੇ ਹੋ ਹਰਿਆਣਾ ਦੇ ਇਲੈਕਸ਼ਨਾਂ ਚ? ਹਰਿਆਣੇ ਤਾਂ ਜਿੱਥੇ ਤੱਕ ਸਵਾਲ ਹੈ, ਆਮ ਆਦਮੀ ਪਾਰਟੀ ਬੜੀ ਮਜ਼ਬੂਤ ਤਰੀਕੇ ਨਾਲ ਇਲੈਕਸ਼ਨ ਉੱਥੇ ਲੜ ਰਹੀ ਹੈ। ਅਰਵਿੰਦ ਕੇਜਰੀਵਾਲ ਜੀ, ਕਿਉਂਕਿ ਉਹਨਾਂ ਦੀ ਜਨਮ ਭੂਮੀ ਹਰਿਆਣਾ ਹੈ, ਸੁਭਾਵਿਕ ਜੀ ਗੱਲ ਹੈ ਲੋਕਾਂ ਦੀ ਅਟੈਚਮੈਂਟ। ਲੇਕਿਨ ਅੱਜ ਦੇਸ਼ ਦੇ ਲੋਕ ਵੀ ਬੜਾ ਜਵਾਬਦੇਹ ਲੀਡਰ ਭਾਲਦੇ ਆ, ਔਰ ਲੋਕਾਂ ਦਾ ਜਿਹੜਾ ਭਰੋਸਾ ਲਗਾਤਾਰ ਅਰਵਿੰਦ ਕੇਜਰੀਵਾਲ ਜੀ ਚ ਵੱਧ ਰਿਹਾ ਸੀ ਕਿ ਨਵੀਂ ਰਾਜਨੀਤੀ ਦੇਣ ਚ, ਜੇ ਆਮ ਘਰਾਂ ਦੇ ਲੋਕਾਂ ਨੂੰ ਉਹਨਾਂ ਰਾਜਨੀਤੀ, ਉਸ ਭਰੋਸੇ ਚ ਅੱਜ ਬਹੁਤ ਵੱਡਾ ਜਿਹੜਾ ਇਜ਼ਾਫਾ ਹੋਇਆ, ਤਾਂ ਸੁਭਾਵਿਕ ਜੀ ਗੱਲ ਹੈ ਇਹਦਾ ਫਾਇਦਾ ਰਾਜਨੀਤਿਕ ਤੌਰ ਤੇ ਵੀ ਮਿਲੂਗਾ, ਇਹ ਚ ਕੋਈ ਦੋ ਰਾਏ ਨਹੀਂ। ਬਹੁਤ ਬਹੁਤ ਸ਼ੁਕਰੀਆ।